ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਜਦੋਂ ਅਸੀਂ ਪਹਿਲਾਂ ਫਿਲਮ ਸ਼ੁਰੂ ਹੋਣ 'ਤੇ ਇੱਥੇ ਬੋਲਣ ਲਈ ਖੜ੍ਹੇ ਸੀ ਉਦੋਂ ਮੈਂ ਬੋਝ ਕੇ ਸ਼ਬਦ ਬੋਲ ਰਿਹਾ ਸੀ ਕਿਉਂਕਿ ਫਿਲਮ ਨਹੀਂ ਸੀ ਦੇਖੀ ਪੂਰੀ। ਮੈਨੂੰ ਲੱਗਦਾ ਸੀ ਕਿ ਅਸੀਂ ਕੁਛ ਬੋਲ ਕੇ ਜਾਂਦੇ ਹਾਂ ਫਿਲਮ ਦੇ ਵਿੱਚ ਕੁਛ ਨਿਕਲਦਾ, ਪਰ ਸੱਚੀ ਆਪ ਨੂੰ ਦੇਖਣ ਤੋਂ ਬਾਅਦ ਲੱਗਿਆ ਸਬਜੈਕਟ ਅਸੀਂ ਚੁਣ ਲਿਆ ਸੀ ਕਿ ਸਬਜੈਕਟ ਨਾਲ ਕਿੰਨਾ ਇਨਸਾਫ ਕਰ ਪਾਉਂਦੇ ਹਾਂ। ਸੋ ਇੱਕ ਬਹੁਤ ਚੰਗੀ ਫਿਲਮ ਪੰਜਾਬੀ ਸਿਨੇਮੇ ਨੂੰ ਮਿਲੀ ਹੈ ਜੀ, ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਅਸੀਂ ਜੋ ਕਰਨਾ ਸੀ, ਸਾਡੇ ਰਾਈਟਰ ਸਾਹਿਬ ਨੇ ਜੋ ਲਿਖਣਾ ਸੀ, ਡਾਇਰੈਕਟਰ ਸਾਹਿਬ ਨੇ ਜੋ ਕਰਨਾ ਸੀ, ਐਕਟਰਾਂ ਨੇ ਜੋ ਕਰਨਾ ਸੀ ਉਹ ਕਰ ਦਿੱਤਾ, ਪ੍ਰੋਡਿਊਸਰ ਸਾਹਿਬ ਨੇ ਜੋ ਕਰਨਾ ਸੀ ਕਰ ਦਿੱਤਾ। ਅੱਜ ਤੋਂ ਬਾਅਦ ਇਹ ਲੋਕਾਂ ਦੀ ਫਿਲਮ ਹੈ, ਤੁਹਾਡੀ ਫਿਲਮ ਹੈ। ਸੋ ਮੈਨੂੰ ਲੱਗਦਾ ਤੁਸੀਂ ਸਾਰੇ ਹਰ ਸ਼ੁੱਕਰਵਾਰ ਫਿਲਮ ਦਾ ਕਿਸੇ ਨਾ ਕਿਸੇ ਰਿਵਿਊ ਕਰਦੇ ਹੋ, ਫਿਲਮ ਦੇਖਦੇ ਹੋ। ਪੰਜਾਬੀ ਸਿਨੇਮੇ 'ਚ ਸਿੱਖਿਆ ਨੂੰ ਲੈ ਕੇ ਇਹੋ ਜਿਹੀ ਫਿਲਮ ਨਹੀਂ ਹੈਗੀ। ਸੋ ਟੀਚਰ ਸਾਡਾ ਜਿਹੜਾ ਆਦਰਸ਼ ਲੋਕ ਨੇ, ਉਹਨਾਂ ਲੋਕਾਂ ਨੂੰ ਦਰਸਾਉਂਦਾ ਇਹ ਕਰੈਕਟਰ ਜਿਹੜਾ ਪ੍ਰੀਤਰਪਾਲ ਜੀ ਉਹਨਾਂ ਨੇ ਕੀਤਾ। ਮੈਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਮੇਰੀਆਂ ਲਗਭਗ 148 ਫਿਲਮਾਂ ਪੰਜਾਬੀ ਦੀਆਂ ਰਿਲੀਜ਼ ਹੋਈਆਂ। ਜਦੋਂ ਮੈਂ ਕਿਸੇ ਸਿੰਗਰ ਨਾਲ ਕੰਮ ਕਰਦਾ ਮੈਨੂੰ ਇੱਕ ਡਰ ਲੱਗਦਾ ਰਹਿੰਦਾ ਕਿ ਸਿੰਗਰ ਦੀ ਪਹਿਲੀ ਪਸੰਦ ਸਿੰਗਿੰਗ ਹੁੰਦੀ ਹੈ, ਪਰ ਜਿੰਨੀ ਸਟਲ ਐਕਟਿੰਗ ਇਹਨਾਂ ਨੇ ਕੀਤੀ ਹੈ, ਲੱਗਿਆ ਨਹੀਂ ਕਿ ਕੋਈ ਹੀਰੋ, ਕੋਈ ਸਿੰਗਰ, ਕੋਈ ਗਾਇਕ ਐਕਟਿੰਗ ਕਰ ਰਿਹਾ ਹੈ। ਇੰਨੀ ਨੈਚੁਰਲ ਕੰਮ ਕੀਤਾ ਬਾਈ ਜੀ ਉਹਨਾਂ ਨੇ ਅਤੇ ਸਾਡੀ ਧੀ ਰਾਣੀ ਨੇ ਬਹੁਤ ਸੋਹਣਾ ਕੰਮ ਕੀਤਾ। ਸੋ ਸਾਨੂੰ ਬਹੁਤ ਚੰਗਾ ਲੱਗਿਆ, ਕਿਉਂਕਿ ਇਹੋ ਜਿਹੇ ਵਿਸ਼ੇ ਚੁਣ ਲੈਣਾ ਸੌਖਾ ਹੁੰਦਾ, ਵਿਸ਼ਿਆਂ ਨੂੰ ਨਿਭਾ ਕਰਨਾ ਔਖਾ ਹੁੰਦਾ। ਸੋ ਬਹੁਤ ਸੋਹਣੀ ਫਿਲਮ ਪੰਜਾਬੀ ਸਿਨੇਮੇ ਕੋਲ ਆਈ ਹੈ ਜੀ। ਸੋ ਮੈਂ ਸਮਝਦਾ ਕਿ ਤੁਹਾਡਾ ਮੀਡੀਆ ਦਾ ਫਰਜ਼ ਹੈ ਜੀ ਕਿ ਇਹੋ ਜਿਹੀਆਂ ਫਿਲਮਾਂ ਨੂੰ ਅੱਗੇ ਲੈ ਕੇ ਜਾਣਾ, ਇਹੋ ਜਿਹੀਆਂ ਫਿਲਮਾਂ ਨੂੰ ਲੋਕਾਂ ਤੱਕ ਪਹੁੰਚਾਉਣਾ, ਜਿਹਨਾਂ ਲੋਕਾਂ ਦੀ ਫਿਲਮ ਉਹਨਾਂ ਲੋਕਾਂ ਤੱਕ ਪਹੁੰਚਾਉਣਾ ਤੁਹਾਡਾ ਕੰਮ ਹੈ। ਮੈਂ ਚਾਹੂੰਗਾ ਕਿ ਸੰਜੂ ਸੋਲੰਕੀ ਪੰਜਾਬੀ ਟੀਵੀ ਐਂਡ ਥੀਏਟਰ ਡਿਪਾਰਟਮੈਂਟ ਦੀ ਮਾਸਟਰਸ ਕਰਨ ਵਾਲਾ ਬੰਦਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਗੋਲਡ ਮੈਡਲਿਸਟ ਬੰਦਾ, ਸਭ ਤੋਂ ਵਧੀਆ ਐਕਟਰ ਜਿਹਨੂੰ ਅੱਜ ਮੌਕਾ ਮਿਲਿਆ, ਬਹੁਤ ਸਾਰੀਆਂ ਫਿਲਮਾਂ ਕਰਕੇ ਸੰਜੂ ਨੇ ਕੀਤੀਆਂ, ਪਰ ਮੈਂ ਇਹਨੂੰ ਹਮੇਸ਼ਾ ਕਹਿਣਾ ਹੁੰਦਾ ਸੀ ਕਿ ਸੰਜੂ ਤੇਰੇ ਲਈ ਅਜੇ ਰੋਲ ਨਹੀਂ ਬਣਿਆ, ਪਰ ਜਿੰਨਾ ਸੋਹਣਾ ਕੰਮ ਕੀਤਾ ਜੀ, ਮੈਂ ਤੋਂ ਸਰਪੰਚ ਦਾ ਰੋਲ ਕਰਾਉਂਦੇ ਮੈਂ ਕਦੇ ਇਹੋ ਜਿਹਾ ਰੋਲ ਨਹੀਂ ਸੀ ਕਰ ਸਕਦਾ। ਸੋ ਸੰਜੂ ਸੋਲੰਕੀ ਸਾਡਾ ਅਦਾਕਾਰ, ਸਾਡੇ ਕੋਲ ਇਹੋ ਜਿਹੇ ਕਿੰਨੇ ਅਦਾਕਾਰ ਪਏ ਨੇ ਜਿਹਨਾਂ ਨੂੰ ਅਜੇ ਉਹਨਾਂ ਮੌਕਾ ਹੀ ਨਹੀਂ ਦੇ ਸਕੇ ਸੀ। ਸੋ ਹਰਸਿਮਰਨ ਪੁੱਤਰਾ, ਬਹੁਤ ਸੋਹਣਾ ਕੰਮ ਕੀਤਾ ਤੂੰ, ਪਰਮਾਤਮਾ ਇਸ ਤਰ੍ਹਾਂ ਤੁਹਾਨੂੰ ਰੰਗ ਭਾਗ ਲਾਈ ਰੱਖੇ। ਸਾਡੇ ਕੋਲ ਸਾਡੀਆਂ ਦੂਜੀਆਂ ਬੱਚੇ ਜਿਹਨਾਂ ਕੋਈ ਛੋਟਾ ਕੰਮ ਮਿਲਿਆ, ਬੇਸ਼ੱਕ ਚਾਹੇ ਪੰਚ ਦਾ ਕੰਮ ਮਿਲਿਆ, ਸਾਡੀ ਇੱਧਰ ਕਰਮ ਕੌਰ ਉਹਨਾਂ ਨੇ ਸਾਡੀ ਇਸ ਧੀ ਰਾਣੀ ਨੇ ਬਹੁਤ ਸੋਹਣਾ ਕੰਮ ਕੀਤਾ, ਸਾਡੀਆਂ ਛੋਟੇ ਬੱਚਿਆਂ ਨੇ ਸਾਰਿਆਂ ਨੇ ਜਿਹਨਾਂ ਬੱਚਿਆਂ ਦਾ ਕੰਮ ਸੀ ਉਹ ਬਹੁਤ ਬਾ ਕਮਾਲ ਕੰਮ ਸੀ। ਅਸੀਂ ਜਦੋਂ ਕੋਈ ਫੈਸਟੀਵਲ ਵੀ ਕਰਦੇ ਹਾਂ, ਕੁਛ ਕਰਦੇ ਹਾਂ, ਅਸੀਂ ਇਹੀ ਸੋਚਦੇ ਹਾਂ ਕਿ ਫਲਾਣਾ ਹੀਰੋ ਵਧੀਆ, ਫਲਾਣੀ ਹੀਰੋਇਨ ਵਧੀਆ, ਅਸੀਂ ਕਦੇ ਛੋਟੇ ਬੱਚਿਆਂ ਤੱਕ ਗਏ ਨਹੀਂ ਕਿ ਬੱਚੇ ਸਾਡੇ ਕੋਲ ਕਿੰਨੇ ਪਿਆਰੇ ਅਦਾਕਾਰ ਨੇ, ਉਹ ਦੋਨੇ ਮੁੰਡੇ ਅਤੇ ਕੁੜੀ, ਇਹ ਬਹੁਤ ਸੋਹਣਾ ਕੰਮ ਕੀਤਾ ਸਾਰੇ ਬੰਦਿਆਂ ਨੇ। ਸੋ ਸਾਡੇ ਕੋਲ ਟੋਟੈਲਿਟੀ 'ਚ ਇੱਕ ਮੁਕੰਮਲ ਫਿਲਮ ਆਈ ਹੈ। ਥੈਂਕ ਯੂ ਵੈਰੀ ਮੱਚ, ਤੁਸੀਂ ਅੱਗੇ ਬੋਲੋ ਜੀ। ਮੈਨੂੰ ਲੱਗਦਾ ਸੀ ਮੈਂ ਗੱਲ ਬੋਲਣੀ ਚਾਹੀਦੀ ਸੀ। ਸਾਡੇ ਕੋਲ ਹੁਣ ਬੋਲਣ ਨੂੰ ਕੁਛ ਨਹੀਂ, ਰੌਣੀ ਸਾਹਿਬ ਨੇ ਬਹੁਤ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਲਈਆਂ। ਅੱਜ ਮੈਂ ਥੋੜ੍ਹਾ ਜਿਹਾ ਇਮੋਸ਼ਨਲ ਹਾਂ, ਬਹੁਤਾ ਜ਼ਿਆਦਾ ਨਹੀਂ ਬੋਲੂੰਗਾ। ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਬਈ ਤੁਸੀਂ ਸਾਰੇ ਆਏ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ, ਅਤੇ ਤੁਹਾਡੇ ਰਿਵਿਊਜ਼ ਸਾਡੇ ਲਈ ਬਹੁਤ ਮੈਟਰ ਕਰਦੇ ਨੇ। ਜਿੱਦਾਂ ਦੀ ਵੀ ਤੁਹਾਨੂੰ ਇਹ ਫਿਲਮ ਲੱਗੀ ਹੈ, ਸਾਡਾ ਸਾਰਿਆਂ ਦਾ ਕੰਮ ਲੱਗਿਆ, ਤੁਸੀਂ ਆਪਣੇ ਆਪਣੇ ਰਿਵਿਊਜ਼ ਜ਼ਰੂਰ ਦਿਓ, ਕਿਉਂਕਿ ਇਹ ਫਿਲਮ ਸਾਡੀ ਨਹੀਂ, ਇਹ ਫਿਲਮ ਤੁਹਾਡੀ ਹੈ। ਇਹ ਫਿਲਮ ਐਜੂਕੇਸ਼ਨਲ ਮੂਵੀ ਹੈ, ਜਿਵੇਂ ਰੌਣੀ ਸਾਹਿਬ ਨੇ ਕਿਹਾ ਵੀ ਬਹੁਤ ਘੱਟ ਇਹੋ ਜਿਹੀਆਂ ਮੂਵੀਜ਼ ਬਣਦੀਆਂ ਨੇ। ਸਾਨੂੰ ਹੋਰ ਹਿੰਮਤ ਮਿਲੂਗੀ, ਅਸੀਂ ਅੱਗੇ ਚੰਗਾ ਕੰਮ ਕਰ ਸਕੀਏ। ਬਸ ਤੁਹਾਡਾ ਸਪੋਰਟ ਜਿਹੜਾ ਉਹ ਸਾਨੂੰ ਚਾਹੀਦਾ। ਗੋਡ ਬਲੈਸ ਯੂ ਆਲ, ਥੈਂਕ ਯੂ ਵੈਰੀ ਮੱਚ। ਥੈਂਕ ਯੂ। ਤਾਜ ਨੇ ਜਿੰਨੀਆਂ ਫਿਲਮਾਂ ਹੁਣ ਤੱਕ ਬਣਾਈਆਂ, ਕੀਤੀਆਂ, ਲਿਖੀਆਂ, ਕਮਰਸ਼ੀਅਲ ਫਿਲਮਾਂ, ਹਰ ਤਰ੍ਹਾਂ ਦੀਆਂ ਫਿਲਮਾਂ ਕੀਤੀਆਂ, ਰੋਮਾਂਟਿਕ ਫਿਲਮਾਂ ਵੀ ਲਿਖੀਆਂ, ਮੈਂ ਤਾਂ ਇਹ ਸੋਚ ਕੇ ਫਿਲਮ ਦੇ ਕੇ ਹੈਰਾਨ ਹੋਈ, ਤਾਜ ਦੀ ਲਿਖੀ ਫਿਲਮ ਇਹ। ਸੱਚੀ ਤਾਜ ਜੀ, ਤੁਹਾਡੇ ਲਈ ਇੱਕ ਵਾਰ ਬਹੁਤ ਬਹੁਤ ਤਾਜ ਜੀ। ਤੁਸੀਂ ਇਹੋ ਜਿਹੇ ਵਿਸ਼ੇ ਬਾਰੇ ਸੋਚਿਆ, ਜਦੋਂ ਆਪਾਂ ਕਿਸੇ ਪਿੰਡਾਂ ਕਸਬਿਆਂ 'ਚ ਉੱਠ ਕੇ ਆਉਂਦੇ ਹਾਂ, ਸਾਨੂੰ ਇਹ ਲੱਗਦਾ ਕਿ ਅਸੀਂ ਰਾਈਜ਼ ਕਰਨਾ, ਅਸੀਂ ਸ਼ਹਿਰਾਂ ਵੱਲ ਜਾਣਾ, ਮਹਾਂਨਗਰਾਂ ਵੱਲ ਜਾਣਾ, ਪਰ ਤੁਸੀਂ ਪਿੰਡ ਵੱਲ ਪੁੱਠ ਕੇ ਮੁੜ ਕੇ ਘੁਮਾ ਕੇ ਨਿਗਾਹ ਮਾਰੀਏ। ਥੈਂਕ ਯੂ ਵੈਰੀ ਮੱਚ, ਤੁਹਾਨੂੰ ਪ੍ਰਾਊਡ ਹੈ ਤੁਹਾਡੇ ਕਿ ਤੁਸੀਂ। ਥੈਂਕ ਯੂ ਵੈਰੀ ਮੱਚ। ਫਤਿਹ ਕਿੱਥੇ ਆ, ਸਾਡੀ ਫਿਲਮ ਦਾ ਡਾਇਰੈਕਟਰ ਨਵਾਂ, ਬੇਸ਼ੱਕ ਪਹਿਲੀ ਫਿਲਮ ਬਾਈ ਤੁਹਾਡੀ, ਪਹਿਲੀ ਫਿਲਮ ਜੀ ਫਤਿਹ ਦੀ। ਸੋ ਇਹੋ ਜਿਹੇ ਸੰਜੀਦਾ ਵਿਸ਼ੇ ਨੂੰ ਸਾਂਭਣਾ,
ਔਖਾ ਕੰਮ ਹੁੰਦਾ। ਮੈਂ ਕਹਿੰਦਾ ਕਈ ਵਾਰ ਐਕਸਪੀਰੀਅੰਸ ਲੋਕ ਵੀ ਜਿਹੜੇ ਹੁੰਦੇ ਨੇ ਉਹ ਇਹੋ ਜਿਹੇ ਪਿੱਛੇ ਜਾ ਕੇ ਕਮਰਸ਼ੀਅਲ ਐਂਗਲ ਭਾਲਦੇ ਨੇ, ਪਰ ਫਤਿਹ ਨੇ ਬਹੁਤ ਸੋਹਣਾ ਕੰਮ ਕੀਤਾ। ਮਾਨ ਸਾਹਿਬ ਤੁਸੀਂ ਆਓ, ਆ ਜਾਓ, ਆ ਜਾਓ ਬਾਈ। ਇਹੀ ਬੇਨਤੀ ਹੈ ਵੀ ਤੁਹਾਡਾ ਪਹਿਲਾਂ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਟਾਈਮ 'ਤੇ ਟਾਈਮ ਕੱਢ ਕੇ ਟਾਈਮ 'ਤੇ ਪਹੁੰਚਿਓ। ਸੋ ਤੁਹਾਡੇ ਜ਼ਰੀਏ ਇੱਕ ਹੋਰ ਗਿਆਰਸ ਹੈ ਜਿਹਨਾਂ ਪਿੰਡਾਂ ਦੇ ਵਿੱਚ ਵੀ ਸਰਕਾਰੀ ਸਕੂਲ ਨੇ ਕਿ ਇਕੱਲੇ ਮਾਸਟਰ ਵਿਚਾਰੇ ਕੁਛ ਨਹੀਂ ਕਰ ਸਕਦੇ। ਸੋ ਪਿੰਡਾਂ ਦਾ ਵੀ ਜ਼ਰੂਰੀ ਬਣਦਾ, ਪਿੰਡਾਂ ਦੇ ਪਤਵੰਤੇ ਸੱਜਣਾਂ ਦਾ, ਕਿ ਚੰਗੇ ਮਾਸਟਰਾਂ ਦਾ ਸਾਰਿਆਂ ਦਾ ਸਹਿਯੋਗ ਦਿਓ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਉਂਦੇ ਆ, ਤਾਂ ਕਿ ਸਰਕਾਰੀ ਸਕੂਲ ਹੋਰ ਵੀ ਵਧੀਆ ਹੋ ਸਕਣ। ਥੈਂਕ ਯੂ। ਸਰ ਤੁਹਾਡੇ ਰਾਹੀਂ ਗੱਲ ਕਹਿਣੀ ਚਾਹੁੰਦੇ ਕਿ ਟੀਚਰ ਜਿਹੜਾ ਬੰਦਾ ਹੈ ਉਹਦੇ ਹੱਥ 'ਚ ਭਵਿੱਖ ਹੈ ਇੱਕ, ਉਹ ਤੁਹਾਡੇ ਬੱਚੇ ਨੂੰ ਕੀ ਬਣਾ ਸਕਦਾ ਹੈ? ਤੁਹਾਡੇ ਬੱਚੇ ਨੇ ਡਾਕੂ ਚੋਰ ਬਣਨਾ, ਇੰਜੀਨੀਅਰ ਬਣਨਾ, ਡਾਕਟਰ ਬਣਨਾ, ਚੰਗਾ ਇਨਸਾਨ ਬਣਨਾ, ਪੱਤਰਕਾਰ ਬਣਨਾ, ਕੀ ਬਣਨਾ, ਇਹ ਟੀਚਰ ਦੇ ਹੱਥ ਵਿੱਚ ਹੈ। ਸੋ ਆਓ ਆਪਾਂ ਇੱਕ ਇਹੋ ਜਿਹੀ ਮੁਹਿੰਮ ਚਲਾਈਏ ਕਿ ਜਿਹੜੇ ਟੀਚਰ ਡੈਡੀਕੇਟਡ ਨੇ, ਜਿਹੜੇ ਟੀਚਰ ਹਮੇਸ਼ਾ ਆਪਣੀ ਜ਼ਿੰਮੇਵਾਰੀ ਸਮਝਦੇ ਨੇ, ਉਹ ਜਿੱਥੇ ਵੀ ਸਾਨੂੰ ਮਿਲਣ ਇਕੱਠਾਂ 'ਚ ਉਹਨਾਂ ਨੂੰ ਸਲਿਊਟ ਕਰੀਏ, ਖੜ੍ਹੇ ਹੋ ਕੇ ਉਹਨਾਂ ਲਈ ਤਾੜੀਆਂ ਮਾਰੀਏ। ਮੈਂ ਕਹਿੰਦਾ ਜੇ ਆਪਾਂ ਸਾਰੇ ਉਹਨਾਂ ਟੀਚਰਾਂ ਨੂੰ ਸਲਿਊਟ ਕਰੀਏ, ਉਹਨਾਂ ਲਈ ਤਾੜੀ ਮਾਰੀਏ ਕਿ ਜਿਹੜੇ ਟੀਚਰ ਕਰਦੇ। ਸਰਪੰਚ ਸਾਹਿਬ ਬਹੁਤ ਵਧੀਆ ਬੰਦੇ ਨੇ, ਪਰ ਫਿਲਮ 'ਚ ਹੋਟਲ ਦਾ ਕੀਤਾ, ਬਾਅਦ 'ਚ ਠੀਕ ਹੋ ਗਏ ਜੀ। ਜਿਵੇਂ ਕਿ ਸਾਰਿਆਂ ਨੇ ਕਿਹਾ ਕਿ ਬੜੀ ਪਿਆਰੀ ਜੀ ਐਜੂਕੇਸ਼ਨਲ ਫਿਲਮ ਹੈ, ਇੱਕ ਚੰਗੀ ਫਿਲਮ ਦਾ ਹਿੱਸਾ ਬਣ ਕੇ ਵਾਕਈ ਬਹੁਤ ਖੁਸ਼ੀ ਹੁੰਦੀ ਹੈ। ਅਤੇ ਜਦੋਂ ਤਾਜਵੀਰ ਨੇ ਮੈਨੂੰ ਸਕ੍ਰਿਪਟ ਸੁਣਾਈ, ਮਤਲਬ ਮੈਨੂੰ ਇਹ ਨਹੀਂ ਪਤਾ ਕਿ ਮੈਂ ਸਰਪੰਚ ਸਾਹਿਬ ਦਾ ਰੋਲ ਕਰ ਰਿਹਾ, ਪਰ ਮੈਂ ਕਹਿ ਰਿਹਾ ਮੈਂ ਫਿਲਮ 'ਚ ਰੋਲ ਜ਼ਰੂਰ ਕਰਨਾ ਚਾਹੂੰਗਾ। ਪਰ ਮੈਂ ਖੁਸ਼ਕਿਸਮਤ ਹਾਂ, ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਇਹਨਾਂ ਦਾ ਕਿ ਇੰਨਾ ਮਹੱਤਵਪੂਰਨ ਕਿਰਦਾਰ ਮੇਰੇ ਹਿੱਸੇ ਆਇਆ। ਅਤੇ ਫਿਲਮ ਹੁਣ ਤੁਹਾਡੇ ਹੱਥ ਹੈ ਜੀ, ਫਿਲਮ ਸਾਡੇ ਵੱਲੋਂ ਹੁਣ ਤੁਹਾਡੀ ਝੋਲੀ ਪੈ ਗਈ ਹੈ, ਤੁਸੀਂ ਇਹਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼, ਕਿਉਂਕਿ ਮੀਡੀਆ ਤੁਹਾਨੂੰ ਪਤਾ ਹੀ ਇੱਕ ਫੋਰਥ ਪਿਲਰ ਹੁੰਦਾ। ਹੁਣ ਤੁਹਾਡੇ ਹੱਥ ਫਿਲਮ ਹੈ, ਫਿਲਮ ਦੀ ਜੋ ਵੀ ਤੁਸੀਂ ਫਿਲਮ ਨੂੰ ਦੇਖ ਕੇ ਮਹਿਸੂਸ ਕੀਤਾ ਉਹ ਲੋਕਾਂ ਤੱਕ ਜ਼ਰੂਰ ਪਹੁੰਚਾਉਣਾ ਜੀ, ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਇੱਕ ਗੱਲ ਹੋਰ ਕਹਿਣੀ ਹੈ ਜੀ, ਸਾਡੀਆਂ ਕੁੜੀਆਂ ਖਾਸ ਕਰਕੇ ਜਦੋਂ ਇਸ ਇੰਡਸਟਰੀ 'ਚ ਆਉਂਦੀਆਂ ਨੇ, ਪੰਜਾਬੀ ਇੰਡਸਟਰੀ 'ਚ ਆਉਂਦੀਆਂ ਨੇ, ਇੱਕ ਜਾਂ ਦੋ ਫਿਲਮਾਂ ਕਰਨ ਤੋਂ ਬਾਅਦ ਹਰ ਸਾਡੀ ਕੁੜੀ ਦੀ ਇਹ ਇੱਛਾ ਕਿ ਮੈਂ ਬੰਬੇ ਜਾ ਕੇ ਸੀਰੀਜ਼ ਕਰਨੀ। ਮਾੜੀ ਗੱਲ ਨਹੀਂ, ਕੋਈ ਬੰਬੇ ਫਿਲਮਾਂ ਕਰਨੀ ਹੈ, ਪਰ ਤੀਜੀ ਫਿਲਮ ਹੈ ਸਾਡੀ ਇਸ ਧੀ ਰਾਣੀ ਦੀ। ਸੋ ਬੰਬੇ ਤੋਂ ਵਾਪਸ ਆ ਕੀਤੀ ਕਿ ਚਾਹੇ ਛੋਟੇ ਵੇਟ ਦੀ ਫਿਲਮ ਹੈ, ਚਾਹੇ ਹੋਰ ਸਬਜੈਕਟ ਦੀ ਫਿਲਮ ਹੈ, ਆਫ ਬੀਟ ਦੀ ਫਿਲਮ ਹੈ, ਪਰ ਮੈਂ ਫਿਲਮ ਕਰੂੰਗੀ। ਸੋ ਇਸ ਕਰਕੇ ਮੈਂ ਹਰਸਿਮਰਨ ਨੂੰ ਵੀ ਥੈਂਕ ਯੂ ਕਹਿਣਾ ਕਿ ਸਾਡੀ ਇਸ ਧੀ ਰਾਣੀ ਨੇ ਇਹੋ ਜਿਹੇ ਪ੍ਰੋਜੈਕਟ ਦਾ ਹਿੱਸਾ ਬਣ ਕੇ, ਬੇਸ਼ੱਕ ਬੰਬੇ ਦਾ ਮਹਾਨਗਰ ਜਿਹੜੇ ਹੁੰਦੇ ਨੇ ਉਹ ਸਾਨੂੰ ਖਿੱਚਦੇ ਨੇ, ਸਾਨੂੰ ਲੁਭਾਉਂਦੇ ਨੇ, ਅਟਰੈਕਟ ਕਰਦੇ ਨੇ, ਪਰ ਇਹ ਸਾਡੀ ਧੀ ਰਾਣੀ ਨੇ ਇੱਕ ਇਹੋ ਜਿਹੇ ਸਬਜੈਕਟ ਨਾਲ ਜੁੜਨਾ ਠੀਕ ਸਮਝਿਆ। ਸੋ ਚੰਗੀ ਗੱਲ ਹੈ, ਆਪਾਂ ਜਿਹੜੇ ਆਪਣੇ ਮੂਲ ਸਬਜੈਕਟ ਨੇ, ਸਾਡੇ ਸਬਜੈਕਟ ਨੇ, ਸਾਡੇ ਲੋਕਾਂ ਦੇ ਸਬਜੈਕਟ ਨੇ ਜਿਨ੍ਹਾਂ ਦੀ ਲੋੜ ਹੈ ਸਾਨੂੰ, ਉਹਨਾਂ ਸਬਜੈਕਟਾਂ ਨਾਲ। ਨਹੀਂ ਤਾਂ ਪ੍ਰੀਤ ਜੀ ਵੀ ਇਹ ਕਹਿ ਸਕਦੇ ਸੀ ਕਿ ਮੈਂ ਤਾਂ ਰੋਮਾਂਟਿਕ ਹੀਰੋ ਬਣਨਾ ਜੀ, ਮੈਂ ਐਕਸ਼ਨ ਹੀਰੋ ਬਣਨਾ ਹੈ, ਮੈਂ ਆਹ ਫਿਲਮ ਕਰਨੀ ਹੈ, ਪਰ ਥੈਂਕ ਯੂ ਵੈਰੀ ਮੱਚ ਤੁਸੀਂ ਭਾਅ ਜੀ ਇਸ ਪ੍ਰੋਜੈਕਟ ਦਾ ਹਿੱਸਾ ਬਣੇ ਹੋ, ਜਿੰਨੇ ਸਾਰੇ ਮੰਡ ਸਾਹਿਬ, ਕਿਉਂਕਿ ਮੰਡ ਸਾਹਿਬ ਆਪ ਖੁਦ ਰਾਈਟਰ ਵੀ ਨੇ, ਸੰਜੂ ਸੋਲੰਕੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਸ਼ਾਨਾ ਮਤਾ ਅਦਾਕਾਰ ਹੈ, ਹਰ ਕੋਈ ਬੰਦਾ ਇਹ ਕਹਿ ਸਕਦਾ ਸੀਗਾ ਇਸ ਫਿਲਮ ਨੂੰ ਕਿਵੇਂ ਪੂਰਾ ਕੀਤਾ, ਉਹ ਜਾਂ ਸਾਡੇ ਪ੍ਰੋਡਿਊਸਰ ਸਾਹਿਬ ਜਾਣਦੇ ਨੇ, ਜਾਂ ਤਾਜ ਜਾਣਦਾ ਕਿਵੇਂ ਫਿਲਮਾਂ 'ਚ ਲੈ ਕੇ ਆਏ ਨੇ, ਬੰਟੀ ਬੈਂਸਲ ਨੂੰ ਨਾਲ ਲੈ ਕੇ ਆਏ ਨੇ, ਸਾਰੇ ਲੋਕਾਂ ਨਾਲ। ਮੈਂ ਕਹਿੰਦਾ ਫਿਲਮ ਇਹੋ ਜਿਹੀ ਫਿਲਮ ਜਿਹੜੀ ਕਮਰਸ਼ੀਅਲ ਐਂਗਲ ਦੀ ਨਾ ਹੋਵੇ, ਉਹਨਾਂ ਫਿਲਮਾਂ ਨੂੰ ਪੂਰੇ ਕਰਕੇ ਸਿਨੇਮੇ ਤੱਕ ਲਿਆਉਣਾ ਇੱਕ ਆਪਣੇ ਆਪ 'ਚ ਵੱਡੀ ਸਟਰਗਲ ਹੁੰਦੀ ਹੈ। ਸੋ ਥੈਂਕ ਯੂ ਤੁਹਾਡਾ ਸਾਰਿਆਂ ਦਾ ਜੀ। ਨਿਰਮਲ ਰਿਸ਼ੀ ਸਾਡੇ ਪਦਮ ਸ਼੍ਰੀ ਅਦਾਕਾਰ, ਉਹਨਾਂ ਨੂੰ ਤੁਸੀਂ ਦੋ ਸੀਨਾਂ ਲਈ ਮਨਾਉਣਾ, ਇਹ ਤਾਜ ਦੇ ਹਿੱਸੇ ਆਇਆ ਜੀ, ਕਿਵੇਂ ਮਨਾ ਕੇ ਲੈ ਕੇ ਆਏ ਨੇ, ਇੱਕ ਪਦਮ ਸ਼੍ਰੀ ਅਦਾਕਾਰਾਂ ਨੇ ਇਸ ਸਾਡੀ ਸਿੱਖਿਆ ਦੀ ਫਿਲਮ ਦੇ ਵਿੱਚ, ਸਿੱਖਿਆ 'ਤੇ ਬਣੀ ਫਿਲਮ ਦੇ ਵਿੱਚ ਆਪਣਾ ਯੋਗਦਾਨ ਪਾਇਆ, ਅਤੇ ਕਿਹਾ ਕਿ ਮੈਂ ਤੁਸੀਂ ਚਾਹੇ ਇੱਕ ਸੀਨ ਹੋਵੇ ਮੈਂ ਫਿਲਮ ਦਾ ਹਿੱਸਾ ਬਣਨਾ ਚਾਹੁੰਦੀ ਹਾਂ। ਉਹ ਚੰਗੀਆਂ ਗੱਲਾਂ ਨੇ ਸਾਡੇ ਲਈ, ਸਾਡੀ ਖੁਸ਼ਕਿਸਮਤੀ ਹੈ ਜੀ, ਇਹੋ ਜਿਹੇ ਵੱਡੇ ਕਲਾਕਾਰ ਸਾਡੇ ਨਾਲ ਜੁੜੇ ਨੇ। ਸੋ ਤੁਹਾਡਾ ਕੰਮ ਆਪਣਾ ਜੀ,
ਸਾਨੂੰ ਇੱਕੋ ਇੱਕ ਬੇਨਤੀ ਦੁਬਾਰਾ ਫਿਰ ਮੈਂ ਕਰਦਾ ਕਿ ਇਹੋ ਜਿਹੀਆਂ ਫਿਲਮਾਂ ਰੋਜ਼ ਰੋਜ਼ ਨਹੀਂ ਬਣਦੀਆਂ, ਆਪਾਂ ਰੋਮਾਂਟਿਕ ਫਿਲਮਾਂ ਵੀ ਬਣਾ ਲਾਂਗੇ, ਐਕਸ਼ਨ ਫਿਲਮਾਂ ਵੀ ਬਣਾ ਲਾਂਗੇ, ਕਮੇਡੀ ਫਿਲਮਾਂ ਵੀ ਬਣਾ ਲਾਂਗੇ, ਪਰ ਇਹੋ ਜਿਹੇ ਸਬਜੈਕਟਾਂ 'ਤੇ ਫਿਲਮਾਂ ਜਿਹੜੀਆਂ ਬੜੇ ਸੰਵੇਦਨਸ਼ੀਲ ਮੁੱਦੇ ਨੇ, ਇਹਨਾਂ ਨੂੰ ਸਾਹਮਣਾ ਵੀ ਔਖਾ ਹੁੰਦਾ, ਇਹਨਾਂ ਮੁੱਦਿਆਂ 'ਤੇ ਫਿਲਮ ਬਣਾਉਣੀ ਔਖੀ ਹੈ, ਪ੍ਰੋਡਿਊਸਰ ਸਾਹਿਬ ਕੋਈ ਜੇਰਾ ਨਹੀਂ ਕਰਦਾ ਪੈਸੇ ਲਾਉਣ ਦਾ, ਸਿਨੇਮੇ ਤੱਕ ਲੈ ਕੇ ਆਉਣੀ ਔਖੀ ਹੈ, ਕਲਾਕਾਰ ਨੂੰ ਚਕਾ ਚੌਂਦ ਚਾਹੀਦੀ ਹੁੰਦੀ ਹੈ, ਉਹਨਾਂ ਨੂੰ ਇਹਦੇ ਲਈ ਮਨਾਉਣਾ ਕਿ ਤੁਸੀਂ ਇਹੋ ਜਿਹੀ ਫਿਲਮ ਕਰਨੀ ਹੈ ਆਪਣੇ ਆਪ 'ਚ ਇੱਕ ਵੱਡਾ ਕਾਰਜ ਹੈ। ਸੋ ਸਾਰੀ ਟੀਮ ਨੇ ਰਲ ਕੇ ਬੜਾ ਉਪਰਾਲਾ ਕੀਤਾ, 2018 ਦਾ ਬਹੁਤ ਬਹੁਤ ਧੰਨਵਾਦ। ਤੁਹਾਡੇ ਅੱਗੇ ਇੱਕੋ ਬੇਨਤੀ ਹੈ ਕਿ ਇਸ ਫਿਲਮ ਦਾ ਜਿਹੜਾ ਜੋ ਤੁਹਾਨੂੰ ਚੰਗਾ ਰਿਵਿਊ ਲੱਗਿਆ ਕਿਰਪਾ ਕਰਕੇ ਉਹ ਤੁਸੀਂ ਲੋਕਾਂ ਸਾਹਮਣੇ ਲੈ ਕੇ ਜਾਇਓ। ਪ੍ਰੀਤ, ਤੁਸੀਂ ਬੜੇ ਮਾਸਟਰ ਦੇ ਰੋਲ 'ਚ ਚੱਜ ਗਏ, ਪਹਿਲੇ ਪਹਿਲੇ ਸਟਾਰਟਿੰਗ ਥੋੜ੍ਹਾ ਜਿਹਾ ਸਾਨੂੰ ਥੋੜ੍ਹਾ ਜਿਹਾ ਲੱਗ ਰਿਹਾ ਸੀ, ਸਕੈਪਟੀਕਲ ਸੀਗੇ, ਪਰ ਐਂਡ ਤੱਕ ਆਉਂਦੇ ਆਉਂਦੇ ਤੱਕ ਤੁਸੀਂ ਛਾ ਗਏ ਜੀ, ਮਤਲਬ ਇਹਦਾ ਮਾਸਟਰ ਲੱਗ ਵੀ ਰਹੇ ਹੋ ਤੁਸੀਂ। ਬਹੁਤ ਬਹੁਤ ਸ਼ੁਕਰੀਆ, ਇਹਨੇ ਪੂਰਾ ਚਾਹਤਾ ਸੀ, ਮੈਨੂੰ ਲੱਗਦਾ ਤਾਜ ਦੀ ਹੈਗੀ ਆ। ਨਹੀਂ, ਇਹ ਸਾਰੀ ਟੀਮ ਦਾ ਟੀਮ ਵਰਕ ਹੁੰਦਾ, ਸਾਰੀ ਟੀਮ ਦਾ ਕੰਮ ਹੈ ਜੀ ਇਹ। ਸੋ ਮੈਨੂੰ ਵੀ ਲੱਗਦਾ ਕਿ ਮੈਨੂੰ ਇੱਦਾਂ ਦੇ ਕਰੈਕਟਰ ਅੱਗੇ ਚੁਣਨੇ ਚਾਹੀਦੇ ਨੇ ਜਿਹੜੇ ਮੇਰੀ ਆਪਣੀ ਰੂਹ ਦੀ ਰੂਹ ਨੂੰ ਸਕੂਨ ਦੇਣ, ਹੈ ਨਾ। ਸੋ ਮੈਂ ਸਾਰੀ ਜਿੰਨੀ ਵੀ ਸਾਡੀ ਟੀਮ ਹੈ, ਐਕਚੁਅਲੀ ਡਰ ਰਿਹਾ ਸੀ ਮੈਂ ਕਿਵੇਂ ਦਾ ਕੰਮ ਕੀਤਾ, ਕਿਉਂਕਿ ਆਪਣੇ ਕੰਮ 'ਚ ਹਮੇਸ਼ਾ ਬੰਦੇ ਨੂੰ ਕਮੀਆਂ ਨਜ਼ਰ ਆਉਂਦੀਆਂ ਰਹਿੰਦੀਆਂ। ਸੋ ਅੱਜ ਮੈਨੂੰ ਬਹੁਤ ਬੂਸਟਅਪ ਕੀਤਾ ਰੋਣੀ ਸਾਹਿਬ ਨੇ, ਸੰਜੂ ਭਾਅ ਜੀ ਉਹਨਾਂ ਨੇ, ਸਾਰੀ ਟੀਮ ਨੇ ਕਿ ਤੁਸੀਂ ਵਧੀਆ ਕੰਮ ਕੀਤਾ। ਤਾਂ ਇੱਕ ਚੀਜ਼ ਮੈਂ ਹੋਰ ਕਹਿਣੀ ਚਾਹਾਂਗਾ, ਮੈਂ ਵੇਟ ਹੀ ਕਰ ਰਿਹਾ ਸੀ ਤੁਹਾਡੇ ਸਾਰਿਆਂ ਦੇ ਰਿਵਿਊਜ਼ ਕਿੱਦਾਂ ਦੇ ਆਉਣਗੇ, ਕਿੱਦਾਂ ਦੇ ਤੁਹਾਡੇ ਵਿਊਜ਼ ਹੋਣਗੇ ਫਿਲਮ ਲਈ। ਤੁਸੀਂ ਸਾਰਿਆਂ ਨੇ ਪੋਜ਼ਿਟਿਵ ਸਾਨੂੰ ਵਿਊਜ਼ ਦਿੱਤੇ ਆ, ਅਤੇ ਮੈਂ ਕਿਉਂਕਿ ਪੰਜਾਬ ਸਰਕਾਰ ਨੇ ਪਿਛਲੇ ਕੁਛ ਲੰਮੇ ਸਮੇਂ ਤੋਂ ਬਹੁਤ ਵਧੀਆ ਪਹਿਲ ਕੀਤੀ ਹੈ, ਜਿਹੜੇ ਗਵਰਨਮੈਂਟ ਸਕੂਲ ਨੇ ਉਹਨਾਂ 'ਤੇ ਬਹੁਤ ਵਧੀਆ ਕੰਮ ਕਰ ਰਹੇ ਨੇ, ਅਸੀਂ ਉਹਨਾਂ ਦੇ ਕਾਰਜ ਨੂੰ ਥੋੜ੍ਹਾ ਜਿਹਾ ਅੱਗੇ ਲੈ ਕੇ ਗਏ ਹਾਂ, ਅਤੇ ਅਸੀਂ ਸਾਰੀ ਟੀਮ ਵੱਲੋਂ ਰਿਕੁਐਸਟ ਕਰਦੇ ਹਾਂ ਕਿ ਉਹ ਇਸ ਫਿਲਮ ਲਈ ਕੋਈ ਇਹੋ ਜਿਹਾ ਉਪਰਾਲਾ ਕਰਨ ਜਿਹੜੀ ਇਸ ਫਿਲਮ ਨੂੰ ਬੂਸਟ ਅਪ ਮਿਲ ਸਕੇ। ਸੋ ਚੰਗੀਆਂ ਫਿਲਮਾਂ ਬਣਨੀਆਂ ਸਟਾਰਟ ਹੋਣ ਆਪਣੀ ਇੰਡਸਟਰੀ ਦਿਖਾਓਗੇ ਫਿਲਮ ਸਰਕਾਰ। ਹਾਂਜੀ, ਅਸੀਂ ਕਿਉਂਕਿ ਹੁਣ ਇਲੈਕਸ਼ਨ ਦਾ ਟਾਈਮ ਹੈ, ਸਾਡੇ ਵੱਲੋਂ ਕੋਸ਼ਿਸ਼ ਤਾਂ ਪੂਰੀ ਹੁੰਦੀ ਹੈ ਵੀ ਅਸੀਂ ਮਤਲਬ ਉਹਨਾਂ ਨੂੰ ਇੱਕ ਚੰਗੀ ਫਿਲਮ ਦਿਖਾ ਸਕੀਏ, ਪਰ ਮੈਨੂੰ ਲੱਗਦਾ ਕਿ ਉਹਨਾਂ ਕੋਲ ਹੁਣ ਸਮਾਂ ਨਹੀਂ। ਬਸ ਥਰੂ ਮੀਡੀਆ ਮੈਂ ਇੱਕ ਮੈਸੇਜ ਜ਼ਰੂਰ ਦੇਣਾ ਚਾਹੁੰਦਾ ਉਹਨਾਂ ਨੂੰ ਕਿ ਉਹ ਜੇ ਟਾਈਮ ਹੋਵੇ ਉਹਨਾਂ ਕੋਲ ਫਿਲਮ ਦੇਖਣ, ਜੇ ਚੰਗੀ ਲੱਗੇ ਤਾਂ ਫਿਰ ਸਾਨੂੰ ਸਪੋਰਟ ਕਰਨ। ਅਸੀਂ ਹੁਣ ਜਾਣ ਨਹੀਂ ਦਾਂਗੇ ਤੁਹਾਨੂੰ ਬਿਨਾਂ ਗਾਣੇ। ਠੀਕ ਹੈ, ਮੈਂ ਫਿਲਮ ਦਾ ਹੀ ਗਾਣਾ ਸੁਣਾ ਦਿੰਦਾ, ਫਿਲਮ ਦੇ ਗਾਣੇ ਮੈਨੂੰ ਠੀਕ ਲੱਗੇ। ਇਹਦਾ ਫਿਰ ਤੁਸੀਂ ਬਾਅਦ ਖਬਰ ਆ ਜੀ, ਮਾਸਟਰ ਜੀ ਬਾਹਰ ਗਾਉਣ ਲੱਗ ਪਏ, ਤੁਹਾਡੇ ਮੀਡੀਆ ਨੇ ਕਹਿਣਾ ਕਿ ਮਾਸਟਰ ਜੀ ਬਾਹਰ ਆ ਕੇ ਗਾਉਣ ਲੱਗ ਪਏ ਸੰਜੀਤ ਫਿਲਮ ਤੋਂ ਬਾਅਦ। ਮੈਨੂੰ ਇਹ ਖਤਰਾ ਵੀ ਪਿੰਡ ਵਾਲੇ ਕਦੇ ਐਂ ਨਾ ਜਵਾ ਕੇ ਨਾ ਵੀ ਪ੍ਰੀਤ ਦਰਬਾਰ ਹੀ ਮਾਸਟਰ ਜੀ ਤੁਰੇ ਆਉਂਦੇ। ਅੱਛਾ, ਇੱਕ ਚੀਜ਼ ਹੋਰ ਮੈਂ ਸਾਂਝੀ ਕਰਨਾ ਚਾਹੁੰਦਾ ਵੀ ਮੇਰੇ ਫਾਦਰ ਸਾਹਿਬ ਮੇਰੇ ਬਹੁਤ ਮਤਲਬ ਮੈਨੂੰ ਕ੍ਰਿਟੀਸਾਈਜ਼ ਕਰਦੇ ਰਹਿੰਦੇ ਆ, ਤੇਰਾ ਕੰਮ ਵਧੀਆ ਨਹੀਂ ਯਾਰ, ਤੂੰ ਹੋਰ ਵਧੀਆ ਹੋ ਸਕਦਾ ਸੀ। ਅਤੇ ਅੱਜ ਮੈਂ ਖੁਸ਼ ਹਾਂ ਕਿ ਰੋਣੀ ਸਾਹਿਬ ਤੋਂ, ਚਲੋ ਅਸੀਂ ਫਿਲਮ ਦੇਖ ਰਹੇ ਸੀ, ਉਹਨਾਂ ਨੇ ਉਹ ਫਿਲਮ ਦੇਖ ਕੇ ਨਿਕਲੇ ਸੀਗੇ ਗੁਰਦਾਸਪੁਰ, ਅਤੇ ਉਹਨਾਂ ਨੇ ਸਭ ਤੋਂ ਪਹਿਲਾਂ ਮੈਨੂੰ ਫੋਨ ਕੀਤਾ, ਯਾਰ ਤੇਰਾ ਕੰਮ ਤਾਂ ਠੀਕ ਲੱਗਿਆ ਇਸ ਵਾਰੀ ਮੇਰੇ ਲਈ। ਸੋ ਲਵ ਯੂ ਆਲ, ਥੈਂਕ ਯੂ ਵੈਰੀ ਮੱਚ। ਅਤੇ ਮੈਂ ਗਾਣਾ ਭਾਜੀ ਉਹਨਾਂ ਨੇ ਕਿਹਾ ਤੇਰਾ ਮੁੱਖ ਮਾਰੇ ਲਿਸ਼ਕੁਰਾਨੀ ਸੂਰਜ ਤੋਂ ਲੈ ਕੇ ਲੋਹੜੀਏ ਤੇਰਾ ਪਿੰਡਾ ਏ ਅੱਜ ਮਹਿਕ ਰਿਹਾ ਫੁੱਲਾਂ ਤੋਂ ਲੈ ਖੁਸ਼ਬੂੜੀਏ ਮੇਰੀ ਉਮਰ ਵਧਾ ਦਊਗੀ ਤੇਰੀ ਜੋ ਇੱਕ ਗੱਲ ਮੱਕੜੀ ਏ ਹੁਣ ਜੀਣਾ ਮੁਸ਼ਕਿਲ ਤੇਰੇ ਬਿਨ ਜੇ ਮਰ ਗਏ ਤਾਂ ਗੱਲ ਵੱਖਰੀ ਏ ਹੁਣ ਜੀਣਾ ਮੁਸ਼ਕਿਲ ਤੇਰੇ ਬਿਨ ਜੇ ਮਰ ਗਏ ਤਾਂ ਗੱਲ ਵੱਖਰੀ ਏ। ਥੈਂਕ ਯੂ ਵੈਰੀ ਮੱਚ। ਇੱਕ ਮੈਂ ਛੋਟੀ ਜਿਹੀ ਗੱਲ ਹੋਰ ਦੱਸਣੀ ਹੈ ਜੀ, ਸਾਡੇ ਕੋਲ ਇਸ ਫਿਲਮ ਦੀ ਪ੍ਰਮੋਸ਼ਨ ਲਈ ਪੈਸੇ ਨਹੀਂ ਸੀ ਹੈਗੇ, ਸੱਚੀ ਗੱਲ ਹੈ, ਬਿਲਕੁਲ ਪੈਸੇ ਨਹੀਂ ਸੀ, ਪਰ ਮੈਂ ਚਾਹੂੰਗਾ ਕਿ ਸਾਡੀ ਜਿਹੜੀ ਟੀਮ ਹੈ ਫਿਲਮ ਦੀ ਟੀਮ ਇੱਕ ਵਾਰ ਜੁਨੇਜਾ ਸਾਹਿਬ ਵਾਸਤੇ ਤਾੜੀ ਮਾਰੇ, ਜਿਨ੍ਹਾਂ ਨੇ ਸਾਨੂੰ ਇਹ ਕਿਹਾ ਕਿ ਤੁਸੀਂ ਕਿੱਥੇ ਜਾਣਾ ਮੈਨੂੰ ਦੱਸੋ ਯਾਰ, ਤੁਹਾਡੇ ਕੋਲ ਸਬਜੈਕਟ ਬਹੁਤ ਚੰਗਾ। ਇੱਥੇ ਇੱਕ ਹਰਪ੍ਰੀਤ ਮੁੰਡਾ ਖੜ੍ਹਾ ਅੰਮ੍ਰਿਤਸਰ ਤੋਂ,
ਉਹਨੇ ਵੀ ਇਹੀ ਕਿਹਾ ਕਿ ਜਿੱਥੇ ਵੀ ਜਾਣਾ ਮੈਂ ਅਰੇਂਜਮੈਂਟ ਕਰਦਾ, ਤੁਸੀਂ ਇਸ ਫਿਲਮ ਦਾ ਪ੍ਰਚਾਰ ਹਰ ਸ਼ਹਿਰ 'ਚ ਕਰੋ। ਅਸੀਂ ਲੇਟ ਪ੍ਰਚਾਰ ਸ਼ੁਰੂ ਕੀਤਾ, ਹਰਪ੍ਰੀਤ ਇੱਧਰ ਆ ਬਾਈ, ਸੋ ਲੇਟ ਪ੍ਰਚਾਰ ਸ਼ੁਰੂ ਕੀਤਾ ਜਿੰਨੇ ਜਗ੍ਹਾ ਜਾ ਸਕੇ ਹਾਂ, ਕਿਉਂਕਿ ਪ੍ਰਮੋਸ਼ਨ ਲਈ ਤੁਹਾਨੂੰ ਪਤਾ ਬਹੁਤ ਸਾਰਾ ਸਰਮਾਇਆ ਚਾਹੀਦਾ ਹੁੰਦਾ, ਸਾਡੇ ਕੋਲ ਪੈਸਾ ਕੋਈ ਨਹੀਂ ਸੀ। ਇਹਦੀ ਪ੍ਰਮੋਸ਼ਨ ਸਿਰਫ ਤੁਸੀਂ ਲੋਕ ਹੋ, ਜਿਹਨਾਂ ਲੋਕਾਂ ਦੀ ਫਿਲਮ ਹੈ ਉਹ ਲੋਕ ਇਹਦੀ ਪ੍ਰਮੋਸ਼ਨ ਕਰਨਗੇ। ਹਾਂਜੀ, ਤੁਸੀਂ ਤਾਂ ਜਦੋਂ ਵੱਡੀ ਫਿਲਮ ਕਰਦੇ ਹੈ ਨਾ, ਤੁਹਾਡੇ ਅਦਾਰੇ 'ਚ ਹੈ ਪੈਸੇ ਲੈਂਦੇ ਵੀ ਹੈ, ਪਰ ਉਹ ਫਿਰ ਵੀ ਸਪੋਰਟ ਉਹਨੇ ਕਰ ਦੇਣਾ, ਇਹ ਸਬਜੈਕਟ ਦੀ ਪ੍ਰਮੋਸ਼ਨ। ਥੈਂਕ ਯੂ ਭਾਅ ਜੀ। ਮੈਂ ਇੱਕ ਹੋਰ ਕਹਿਣਾ ਚਾਹੂੰਗਾ, ਜਿੰਨੇ ਸਾਡੇ ਸਕੂਲਾਂ ਦੇ ਟੀਚਰ ਨੇ, ਜਿੰਨੇ ਤੁਹਾਨੂੰ ਜਾਣਦੇ ਨੇ, ਉਹਨਾਂ ਨੂੰ ਸਾਰਿਆਂ ਨੂੰ ਰਿਕੁਐਸਟ ਕਰੋ, ਉਹਨਾਂ ਨੂੰ ਫਿਲਮ ਦਿਖਾਓ, ਉਹ ਮੈਂ ਦਿਖਾ ਦਿਆਂਗਾ, ਮੇਰੇ ਵੱਲੋਂ ਕੋਈ ਪ੍ਰੋਬਲਮ ਨਹੀਂ ਹੈਗੀ ਮੈਨੂੰ। ਵਾਹ ਜੀ ਵਾਹ, ਕਿਆ ਵਾਹ। ਫਿਲਮ ਹਰ ਤਰ੍ਹਾਂ ਦੀ ਬਣਨੀ ਚਾਹੀਦੀ ਹੈ ਜੀ, ਹਰ ਤਰ੍ਹਾਂ ਦੀ ਫਿਲਮ ਹੋਣੀ ਚਾਹੀਦੀ, ਮੋਦੀ ਦੀ ਫਿਲਮ ਵੀ ਹੋਣੀ ਚਾਹੀਦੀ, ਹੋਰ ਫਿਲਮ ਹੋਣੀ ਬਾਰਡਰ ਦੀ ਸਕੂਲਾਂ ਜ਼ਰੂਰ ਜਾਣੀ ਚਾਹੀਦੀ ਹੈ, ਫਿਲਮ ਇਹ ਬਹੁਤ ਜ਼ਿਆਦਾ ਇੰਸਪੀਰੇਸ਼ਨ ਦੇਗੀ, ਅਗਰ ਟੀਚਰ ਆਪਣੀ ਡਿਊਟੀ ਨਿਭਾਏਗਾ। ਸਰ ਆਪਾਂ ਹੁਣ ਤੁਹਾਡੇ ਸਾਹਮਣੇ ਪ੍ਰੀਤ ਜੀ ਤੋਂ ਵਾਅਦਾ ਲੈ ਲੈਣਾ ਵੀ ਇੱਕ ਮਹੀਨਾ ਤੁਸੀਂ ਕਿਤੇ ਨਹੀਂ ਜਾਣਾ, ਮੈਂ ਇੱਥੇ ਹੀ ਸਕੂਲਾਂ 'ਚ ਘੁੰਮਣਾ ਹੈ, ਮੈਂ ਇੱਥੇ ਹੀ ਹਾਂ, ਇਹਨਾਂ ਦੇ ਕੱਕੇ ਪੂਰੇ ਵਾਲ ਫਿਰਾ ਦੇਣੇ। ਠੀਕ ਹੈ, ਥੈਂਕ ਯੂ ਵੈਰੀ ਮਚ ਸਰ, ਥੈਂਕ ਯੂ, ਥੈਂਕ ਯੂ ਵੈਰੀ ਮਚ, ਲਵ ਯੂ, ਸਤਿ ਸ਼੍ਰੀ ਅਕਾਲ ਮਾਸਟਰ ਜੀ, ਜਿੰਦਾਬਾਦ। ਵਧੀਆ ਵੀਰੇ, ਆਪ ਕੰਮ ਕਰਿਆ ਵਿੱਚ ਉੱਦਾਂ ਵੀ ਸਰਕਾਰੀ ਸਕੂਲਾਂ ਦੀ ਬੱਲੇ ਬੱਲੇ, ਸਰਕਾਰੀ ਸਕੂਲਾਂ 'ਚ ਪੜ੍ਹਿਆ ਨਹੀਂ, ਵੱਡੀਆਂ ਪ੍ਰਾਪਤੀਆਂ ਕੀਤੀਆਂ ਹੁਣ ਤੱਕ ਜਿੰਨੇ ਵੀ ਸਰਕਾਰੀ ਸਕੂਲਾਂ 'ਚ ਪੜ੍ਹਿਆ। ਸੋ ਮੈਂ ਕਹਾਂਗਾ ਵੀ ਮਹਿੰਗੇ ਸਕੂਲਾਂ 'ਚ ਪੜ੍ਹਾਉਣ ਨਾਲੋਂ ਬੱਚਿਆਂ ਨੂੰ, ਹੁਣ ਤਾਂ ਸਰਕਾਰ ਵੈਸੇ ਵੀ ਵਧੀਆ ਉਪਰਾਲੇ ਕਰ ਰਹੀ ਹੈ ਵੀ ਬੱਚਿਆਂ ਨੂੰ ਤੁਸੀਂ ਦੁਬਾਰਾ ਸਰਕਾਰੀ ਸਕੂਲਾਂ ਵੱਲ ਲੈ ਕੇ ਆਓ। ਕੋਈ ਆਪਣੀ ਯਾਦ ਜਿਹੜੀ ਸਰਕਾਰੀ ਸਕੂਲ ਨਾਲ ਜੁੜੀ ਹੋਈ? ਸਰਕਾਰੀ ਸਕੂਲਾਂ ਨਾਲ ਤਾਂ ਬਹੁਤ ਯਾਦਾਂ ਨੇ ਜੀ, ਕਈ ਬੱਚੇ ਇੱਦਾਂ ਦੇ ਆ ਵੀ ਉਹਨਾਂ ਨੂੰ ਪੜ੍ਹਾਇਆ ਹੀ ਮਾਸਟਰਾਂ ਨੇ ਆਪਣੇ ਪੱਲਿਓਂ ਫੀਸਾਂ ਦੇ ਕੇ, ਉਹਨਾਂ 'ਚ ਮੈਂ ਵੀ ਆਉਣਾ ਇੱਕ ਤਰ੍ਹਾਂ ਨਾਲ, ਹੈ ਨਾ। ਅਤੇ ਕਈ ਮਾਸਟਰ ਇੰਨੇ ਵਧੀਆ ਹੁੰਦੇ ਆ, ਸਮਾਜ ਸੇਵੀ ਹੁੰਦੇ ਆ, ਆਪਣੀ ਤਨਖਾਹ ਦੇ ਵਿੱਚੋਂ ਸੈਲਰੀ ਬਚਾ ਕੇ ਸਕੂਲਾਂ 'ਤੇ ਲਾਉਂਦੇ ਆ, ਹੈ ਨਾ, ਸਰਕਾਰੀ ਸਕੂਲਾਂ ਵਾਲੇ। ਸੋ ਵਧੀਆ ਹੀ ਆ ਚਾਰਜ ਕਰੇ ਸਾਰਾ ਕੁਛ ਸਰਕਾਰੀ ਸਕੂਲਾਂ।